ਇਹ ਜਨਾਬ ਵੇਖੋ ਜੇ ਹੁਣ ਤਕਰੀਬਨ 4.25 ਇੰਚ ਬਣਦਾ ਆਪਣੀਆਂ ਤਰੀਫਾਂ ਸਾਰੇ ਕਰਦੇ ਨੇ ਪਰ ਨਹੀਂ ਮੈਂ ਉਸ ਦਾ ਬੰਦਾ ਨਹੀਂ ਮਾਰ ਪਤਾ ਨਹੀਂ ਕਿਹੜੇ ਵੇਲੇ ਜਾਣਾ ਮੈਂ ਅਤੇ ਬੰਦਾ ਕਿਹਦੇ ਵਾਸਤੇ ਝੂਠ ਬੋਲੇ ਵੇਖ ਲਓ ਜੀ ਇਹ 6 ਇੰਚ ਇੰਚੀ ਟੇਪ ਨਾਲ ਲਾਉਣ ਦਾ ਮਕਸਦ ਹੀ ਹੈ ਵੇ ਕਿ ਚੀਜ਼ ਦੀ ਪਛਾਣ ਹੋਵੇ ਕਿ ਅਸਲ ਚੀਜ਼ ਅਤੇ ਨਕਲ ਚੀਜ਼ ਦੇ ਵਿੱਚ ਕਿੰਨਾ ਫਰਕ ਹੁੰਦਾ ਅਗਰ ਮੇਰੇ ਵੀਰਾਂ ਦੇ ਭਾਈਆਂ ਨੂੰ ਮੇਰੀ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰਨਾ ਹੈ ਕਮਿੰਟਾਂ ਦੇ ਵਿੱਚ ਦੱਸਣਾ ਵੇ ਗੁੱਜਰ ਸਾਹਿਬ ਨੇ ਮਸ਼ੀਨ ਕੈਸੇ ਬਣਾਈ ਹੈ ਮੰਜ਼ਲ ਸੇ ਆਗੇ ਬਰ ਕਰ ਮੰਜ਼ਲ ਤਲਾਸ਼ ਕਰ ਮੰਜ਼ਲ ਸੇ ਆਗੇ ਬਰ ਕਰ ਮੰਜ਼ਲ ਤਲਾਸ਼ ਕਰ ਮਿਲ ਜਾਏ ਤੁਝਕੋ ਦਰਿਆ ਤੋ ਸਮੁੰਦਰ ਤਲਾਸ਼ ਕਰ ਮਾਸ਼ਾਅੱਲਾ ਜੀ ਵਾਹ ਜੀ ਵਾਹ ਕਿਆ ਬਾਤ ਸਾਹਿਬ ਇਹ ਚੱਕੀ ਹੈ ਸਪੈਸ਼ਲ ਨਾ ਕਿਸੇ ਨੇ ਪਾਕਿਸਤਾਨ ਦੇ ਵਿੱਚ ਪੂਰੇ ਪਾਕਿਸਤਾਨ ਦੇ ਵਿੱਚ ਇਹਦੇ ਨਾਲ ਦੀ ਚੱਕੀ ਨਾ ਕਿਸੇ ਨੇ ਬਣਾਈ ਨਾ ਕਿਸੇ ਨੇ ਲਿਆਂਦੀ ਨਾ ਕਿਸੇ ਨੇ ਵਹਾਈ ਨਾ ਮਾਰਕੀਟ 'ਚ ਆਈ ਬੜਾ ਵੱਡਾ ਦਾਵਾ ਕਰਕੇ ਉਹ ਦਾਵਾ ਨਹੀਂ ਜਿੱਤੇ ਪਾਕਿਸਤਾਨ 'ਚ ਬੜੇ ਬੜੇ ਨਹੀਂ ਨਹੀਂ ਇੱਕ ਮਿੰਟ ਮੈਂ ਦਾਵਾ ਨਹੀਂ ਕਰਦਾ ਬਾਟ ਸਾਹਿਬ ਮੈਂ ਆਪਣੇ ਰੱਬ ਕੋਲ ਡਰ ਕੇ ਗੱਲ ਆਉਂਦਾ ਵਾਂ ਇਹ ਜਿਹੀ ਚੱਕੀ ਹੈ ਨਾ 37 ਪੰਜਾਹ ਹੈ ਲੋਕੀ ਪਤਾ ਕੀ ਕਰਦੇ ਨੇ 37-45 ਚੱਕੀ ਜਿਹੜੀ ਹੈ ਨਾ ਉਹਨੂੰ 37-50 ਕਰਕੇ ਸੇਲ ਕਰਦੇ ਨੇ ਕਿੰਝ ਹੁੰਦੀ ਹੈ 45-50 ਦੱਸੋ ਜ਼ਰਾ ਡੈਫੀਨੇਸ਼ਨ ਦੱਸੋ ਇਹ ਤੁਸੀਂ ਇੱਧਰ ਆਵੋ ਜ਼ਰਾ ਹੁਣ ਇਹ ਵੇਖੋ ਇਹਦੀ ਮੋਟਾਈ ਵੇਖੋ ਠੀਕ ਜੇ ਇਹਦੇ ਨਾਲ ਦੀ ਚੱਕੀ 37-50 ਲੋਕੀ ਜਿਹੜੇ ਨੇ ਨਾ 37-45 ਨੂੰ 50 ਕਰਕੇ ਸੇਲ ਕਰਦੇ ਨੇ ਬਾਟ ਸਾਹਿਬ ਸਾਡਾ ਇੱਕ ਅਸੂਲ ਹੈ ਕਿ ਅਸੀਂ ਕਦੇ ਝੂਠ ਬੋਲ ਕੇ ਚੀਜ਼ ਸੇਲ ਨਹੀਂ ਕੀਤੀ ਇੱਕ ਰੱਬ ਦੇ ਗੁਨਾਹਗਾਰ ਦੂਸਰਾ ਉਸ ਬੰਦੇ ਦੇ ਜਿਸ ਬੰਦੇ ਨੂੰ ਚੀਜ਼ ਖਰੀਦਣੀ ਹੈ ਬਿਲਕੁਲ ਇੰਝ ਹੋਣਾ ਵੀ ਨਹੀਂ ਚਾਹੀਦਾ ਮੈਨੂੰ ਛੋਟੀ ਜਿਹੀ ਅਰਜ਼ਾ ਵੇ ਕਿ ਮੈਨੂੰ ਇਹ ਦੱਸੋ ਕਿ ਅਗਰ ਕੋਈ ਬੰਦਾ ਧੋਖੇ ਤੋਂ ਬਚਣਾ ਚਾਹੇ ਹਾਂਜੀ ਕੀ ਤਰੀਕਾਕਾਰ ਹੈ ਕਿੰਝ ਪਤਾ ਚੱਲੇਗਾ ਇਹ 45 ਹੈ ਕਿ 50 ਹੈ ਇਹਦਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਇਡਾਇਆ ਨਾ ਇਹਦਾ ਉਹ ਹੁੰਦਾ 4 ਇੰਚ ਦਾ ਇਹ 5 ਇੰਚ ਦਾ ਠੀਕ ਹੈ ਇਹਦੀ ਇਹ ਚੁੜਾਈ ਲੰਬਾਈ ਦੇ ਵਿੱਚ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਕੋਈ ਥੋੜ੍ਹਾ ਫਰਕ ਨਹੀਂ ਠੀਕ ਹੈ ਇਹਦਾ ਜਿਹੜਾ ਵਜ਼ਨ ਹੈ ਨਾ ਜਿਹੜੀ 45 ਨੰਬਰ ਚੱਕੀ ਹੈ ਨਾ ਉਹਦੇ ਬਰਾਬਰ ਇਹਦਾ ਵਜ਼ਨ ਹੈ ਠੀਕ ਹੈ ਲੇਕਿਨ ਰੇਟ ਇਹਦਾ ਉਹਦੇ ਨਾਲ ਘੱਟ ਵੇ ਉਹ ਕਾਹਦੇ ਤੋਂ ਵੇ ਕਿ ਇਹ 37-50 ਵੇ ਉਹ 45 ਨੰਬਰ ਹੈ ਅਤੇ ਦੂਸਰੇ ਨੰਬਰ 'ਤੇ ਮੇਰੇ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਵਹਾਉਣਾ ਚਾਹੁੰਦਾ ਕਿ ਇਹ ਤੁਸੀਂ ਦੇ ਸਕਦੇ ਜਨਾਬ ਇਹ ਇਹਦੇ ਅੰਦਰ ਅਸੀਂ ਲਾਈਆਂ ਨੇ ਵਲੈਤੀ ਟਿੱਪਾਂ ਠੀਕ ਹੈ ਚੀਜ਼ ਉਹ ਹੁੰਦੀ ਜਿਹੜੀ ਸਾਫ਼ ਨਜ਼ਰ ਆਵੇ ਠੀਕ ਹੈ ਝੂਠ ਬੋਲ ਕੇ ਕਦੀ ਚੀਜ਼ ਸੇਲ ਨਹੀਂ ਕੀਤੀ ਇਹ ਤੁਸੀਂ ਆਪਣਾ ਚੈੱਕ ਆਪਣਾ ਕਰ ਸਕਦੇ ਹੋ ਵਲੈਤੀ ਟਿੱਪਾਂ ਲਾਈਆਂ ਨੇ 10 ਸਾਲ ਦੀ ਇਹ ਇਨਸ਼ਾਅੱਲਾ ਆਪਣਾ ਕੱਢਣ ਦੀਆਂ 10 ਸਾਲ ਟਿੱਪਾਂ ਜਿਹੜੀਆਂ ਕੱਢਣ ਦੀਆਂ ਵਲੈਤੀ ਟਿੱਪਾਂ ਲਾਉਣ ਦਾ ਮਕਸਦ ਹੀ ਇਹ ਵੇ ਕਿ ਘੱਟ ਤੋਂ ਘੱਟ 10 ਸਾਲ ਇਹਨੂੰ ਕੱਢਣੇ ਚਾਹੀਦੇ ਨੇ ਠੀਕ ਹੈ ਅੱਗੇ ਪਲੇਟ ਲੱਗਦੇ ਨੇ ਛੁੱਟੀਆਂ ਲੱਗਦੀਆਂ ਨੇ ਉਹ ਸਾਲ ਬਾਅਦ ਖਤਮ ਹੋ ਜਾਂਦੀਆਂ ਨੇ ਉਹ ਲਾਉਣ ਦਾ ਫਾਇਦਾ ਕੋਈ ਨਹੀਂ ਗ੍ਰਾਹਕ ਨੂੰ ਹਮੇਸ਼ਾ ਅੱਛਾ ਡੀਲ ਕਰੋ ਵੇਖੋ ਕੋਈ ਬੰਦਾ ਪੈਸੇ ਭਰਦਾ ਸੋਚਣਾ ਚਾਹੀਦਾ ਕਿ ਅਗਰ ਕੋਈ ਪੈਸੇ ਭਰਦਾ ਪਿਆ ਤਾਂ ਕਿਹੜੀ ਸ਼ਾਇਦ ਭਰਦਾ ਪਿਆ ਅਗਰ ਉਹਨੂੰ ਉਹਦੇ ਮਿਆਰ ਦੀ ਚੀਜ਼ ਨਾ ਲੱਭੇ ਚੀਜ਼ ਸੇਲ ਕਰਨ ਦਾ ਖਰੀਦਣ ਦਾ ਕੋਈ ਫਾਇਦਾ ਨਹੀਂ ਅੱਛਾ ਮੈਨੂੰ ਇਹ ਦੱਸੋ ਇਹਦੇ 'ਤੇ ਸਿਰਫ ਆਟਾ ਹੀ ਬਣ ਸਕਦਾ ਜਾਂ ਕੁਝ ਹੋਰ ਵੀ ਇਹਦੇ 'ਤੇ ਤਿਆਰ ਕੀਤਾ ਜਾ ਸਕਦਾ ਜੀ ਭਾਜਨ ਇਹਦੇ ਵਿੱਚ ਤੁਸੀਂ ਆਟਾ ਪੀ ਸਕਦੇ ਹੋ ਪਸਾਈ ਕਰ ਸਕਦੇ ਹੋ ਦਲੀਆ ਇਹ ਬਣਾ ਸਕਦੇ ਹੋ ਇਹਦੇ ਵਿੱਚ ਤੁਸੀਂ ਬੇਸਣ ਬਣਾ ਸਕਦੇ ਹੋ ਦਾਲਾਂ ਪੀ ਸਕਦੇ ਹੋ ਯਾਨੀ ਕਿ ਕੋਈ ਵੀ ਚੀਜ਼ ਤੁਸੀਂ ਆਪਣਾ ਕ੍ਰਸ਼ ਕਰਨੀ ਹੋਵੇ ਨਾ ਇਹਦੇ ਵਿੱਚ ਤੁਸੀਂ ਕਰ ਸਕਦੇ ਹੋ ਆਟਾ ਇਹਦੇ 'ਤੇ ਤਿਆਰ ਹੋ ਸਕਦਾ ਹੈ ਜਾਂ ਸਿਰਫ ਗੰਦਮ ਦਾ ਬਿਲਕੁਲ ਨਹੀਂ ਜੀ ਇਹਦੇ ਵਿੱਚ ਬੇਸਣ ਵੀ ਬਣਾ ਸਕਦੇ ਹੋ ਚਾਵਲਾਂ ਦਾ ਆਟਾ ਵੀ ਬਣਾ ਸਕਦੇ ਹੋ ਯਾਨੀ ਕਿ ਕੋਈ ਦਲੀਆ ਚੀਜ਼ ਕਰਨੀ ਹੋਵੇ ਉਹ ਵੀ ਕਰ ਸਕਦੇ ਹੋ ਆਟਾ ਬਣਾਉਣਾ ਹੋਵੇ ਉਹ ਵੀ ਕਰ ਸਕਦੇ ਹੋ ਇਹ ਜਿਹੜੀ ਇਹਦੀ ਬਾਡੀ ਹੈ ਨਾ ਅਸੀਂ ਲੋਹੇ ਨੂੰ ਭੱਠੀ ਦੇ ਵਿੱਚ ਸੁੱਟ ਕੇ ਉਹਦੀ ਅਸੀਂ ਕਰਨਾ ਢਲਾਈ ਢਲਾਈ ਕਰਕੇ ਤਾਂ ਫਿਰ ਅਸੀਂ ਆਟਾ ਚੱਕੀ ਬਣਾਉਂਦੇ ਹਾਂ ਅਤੇ ਇਨਸ਼ਾਅੱਲਾ ਇਸ ਚੱਕੀ ਦੀ 100 ਸਾਲ ਦੀ ਗਰੰਟੀ ਹੈ ਇਹਦੀ ਬਾਡੀ ਦੀ ਬਾਡੀ ਪਾੜ ਜਾਵੇ ਇਹਨੂੰ ਕੁਝ ਵੀ ਬਾਡੀ ਨੂੰ ਹੋ ਜਾਵੇ ਮੈਂ ਹਾਜ਼ਰ ਹਾਂ ਦਿਨੇ ਵੀ ਹਾਜ਼ਰ ਹਾਂ ਰਾਤ ਵੀ ਹਾਜ਼ਰ ਹਾਂ ਕਾਹਦੇ ਵਾਸਤੇ ਕਿ ਮੈਂ ਚੀਜ਼ ਬਣਾਈ ਹੈ 100 ਸਾਲ ਦੀ ਬਾਡੀ ਦੀ ਗਰੰਟੀ ਹੈ 100 ਸਾਲ ਦੀ ਗਰੰਟੀ ਹਾਂਜੀ ਆਪਣਾ ਤੇ ਆਪਣਾ 1 ਮਿੰਟ ਦਾ ਪਤਾ ਨਹੀਂ ਠੀਕ ਹੈ ਜਿਹੜੀ ਦਿਨ ਮੇਰੀ ਜ਼ਿੰਦਗੀ ਹੈ ਉਨੀ ਤਰੀਕ ਦੀ ਗਰੰਟੀ ਹੈ ਇਹ ਚੱਕੀ ਚੱਲਦੀ ਕਾਹਦੇ 'ਤੇ ਆ ਕਿੰਨਾ ਲੋਡ ਹੈ ਕਿੰਨਾ ਬਿਜਲੀ ਦਾ ਖਰਚਾ ਇਸ ਬਾਰੇ ਜੋ ਮਾਲੂਮਾਤ ਦਿਓ ਇਹ ਨਾ ਜੀ ਇਸ ਤੋਂ ਪਹਿਲਾਂ ਨਾ ਬਰੇ ਜੇ ਨਾ ਇਹ ਇਸ਼ੂ ਆਉਂਦੇ ਸਨ ਇਸ਼ੂ ਕੀ ਆਉਂਦਾ ਸੀ ਕਿ ਜਨਾਬੇ ਜੀ ਸਾਡੇ ਕੋਲ 3 ਫੇਸ ਬਿਜਲੀ ਨਹੀਂ ਅਸੀਂ ਆਪਣਾ ਕੰਮ ਚਲਾਉਣਾ ਚਾਹੁੰਦੇ ਹਾਂ ਲੱਖ ਸਭਾ ਦੇ ਵਿੱਚ ਅਤੇ ਅਸੀਂ ਕੰਮ ਕਿਸ ਤਰ੍ਹਾਂ ਚਲਾਵਾਂਗੇ ਅਸੀਂ ਉਹਨਾਂ ਵਾਸਤੇ ਚੀਜ਼ ਤਿਆਰ ਕੀਤੀ ਹੈ ਕਿ ਤੁਸੀਂ ਘਰ ਵਾਲੇ ਮੀਟਰ ਦੇ ਉੱਤੇ 7.5 ਹਸ ਪਾਵਰ ਪਾਵਰ ਦੀ ਮੋਟਰ ਦੇ ਉੱਤੇ ਤੁਸੀਂ ਇਸ ਚੱਕੀ ਨੂੰ ਚਲਾ ਕੇ 1 ਘੰਟੇ ਦੇ ਵਿੱਚ 3 ਤੋਂ 3.5 ਮਨ ਆਟਾ ਪੀਵੇਗੀ ਜ਼ਿਆਦਾ ਆਟਾ ਨਹੀਂ ਪੀਵੇਗੀ ਗੱਲ ਉਹ ਕਰਨੀ ਹੈ ਜਿਹੜੀ ਹੈ ਵੇ ਆਪਣੇ ਕੋਲ ਜ਼ੋਰ ਕੇ ਗੱਲ ਨਹੀਂ ਬਣਾਉਣੀ ਇਹਦਾ ਮਤਲਬ ਦਲੀਆ ਤੇ ਫਿਰ ਜ਼ਿਆਦਾ ਪ੍ਰੋਡਕਸ਼ਨ ਹੁੰਦੀ ਹੈ ਦਲੀਆ ਜਿਹੜਾ ਨਾ ਤਕਰੀਬਨ 8 ਤੋਂ 9 ਮਨ ਇਹ 1 ਘੰਟੇ ਦੀ ਐਵਰੇਜ ਹੈ ਦਲੀਏ ਦੀ ਵਾਹ ਜੀ ਵਾਹ ਅੱਛਾ ਹੁਣ ਇਹ ਦੱਸੋ ਕਿ ਅਗਰ ਇਸ ਇਹੋ ਹੀ ਮਸ਼ੀਨ ਕੁਝ ਇਲਾਕੇ ਨੇ ਜਿੱਥੇ ਲੋਕ ਟਰੈਕਟਰ ਤੇ ਚਲਾਉਂਦੇ ਨੇ ਇੰਜਨ ਤੇ ਚਲਾਉਂਦੇ ਨੇ ਪੀਟਰ ਵਗੈਰਾ ਤੇ ਉਹਦੇ ਤੇ ਚੱਲ ਸਕਦੀ ਹੈ ਕਿ ਨਹੀਂ ਚੱਲਦਾ ਜੀ ਸਰ ਜੀ ਬਿਲਕੁਲ ਅਗਰ ਤੁਸੀਂ ਇਸ ਚੱਕੀ ਨੂੰ
थ्री फेज बिजली के उत्ते 10 दी मोटर लाते हो, 4.5 मन आटा एक घंटे कढ़ेगी ए चक्की मोटर। अगर तुम वीड्डी लगा, हाँ जी, अगर थ्री फेज लाते हो तो, अगर तुम ऐसे चक्की ट्रैक्टर लाते हो यदि एक घंटे की एवरेज 5-5.5 मन होगी जी, हीटर भी चल सकती है, हीटर भी। उस तो बाद यह देखो ये लाटू ने, लाटू तो जनाब पानी है ग्रीस, ठीक है, एक अद्ध पाव ग्रीस पानी है, ये दोनों के अद्ध पाव ग्रीस पा के हर 3 महीने बाद उसका जनाब ये ग्रीस पानी है। आ जाके यदा मसला बनता वे जी असं टिप्पा लाइया ना इन्हों का या बैरंगा का, बैरंग हमेशा उदो खराब होंगे ने जो उन्होंने ग्रीस नहीं पहुँचती। अगर तुसा हर महीने के महीने हर तीसरे महीने तुम ग्रीस लाई जाते हो, बैरंगा कुछ भी नहीं होंगे, सालों के साल लंघ जाते हैं। अलहमदुल्ला अगे मेरे को आए अपना कस्टमर आए सन, उन्होंने आख्या कि सानू गुज्जर साहब 18 साल हो गए तुहाडे कोल अपने चक्की करे, 18 साल तो 18 सालों बाद उन्होंने बैरंग खराब होए ने, ठीक है। तो देखो चीज़ गल होंगी है जी कोई करे अपनी तरीफा सारे करते हैं, पर नहीं मैं उस बंदा नहीं मार पता नहीं किरे ले जाना मैं, बिल्कुल बंदा कि झूठ बोले जी, बेहतर हो गया। अच्छा हूँ ये दसो कि अगर एक बंदा ये चक्की लेंदा जी ए मोटर उन्हें मिलेगी नहीं मिलेगी की हिसाब किताब होएगा ये डिटेल दे। देखो भाई जान जी मोटर मिल जाएगी, मोटर की लोड की गरंटी होगी, जेन्युइन वायरिंग की गरंटी होगी, कापर की गरंटी होगी, सरन की कोई गरंटी नहीं होगी। अगर कोई सानू आखेगा असं उस बंद ने मोटर मार्केट से चुले आ देवे जी, मोटर है 7.5 हॉर्स पावर की, तकरीबन 40-45 हज़ार रुपए की मोटर आती है, तो इस चीज़ की कीमत 60 हज़ार रुपया, ठीक हो गया, इस मशीन की कीमत, हाँ जी इस मशीन की कीमत 60 हज़ार रुपया, लाइफ टाइम की गरंटी थी बाडी की, बाडी कुछ भी हो जाए मैं जिम्मेदार। अच्छा मोटर का लान का स्टैंड वगैरह या किस तरीके लानी है वो बारे में कुछ दसो। अगर कोई भाई सानू आखे ये स्टैंड बना देवो असं स्टैंड भी बना देवे, अगर कोई स्टैंड नहीं बनाना चाहता अपनी ये शाप के उत्ते फिनिशन बनना चाहता वे वह तो ये बना के अपना काम चला सकते हैं। अच्छा इस मशीन के बारे में कोई खास गल जी तुम दसना चाहो बाकिया मशीनों के नहीं है क्योंकि स्पैशल चक्की है जी। जनाब मैं पहला अर्ज की है कि अगे कई मेरे वीर भाई दोस्त 37-45 करके सेल करते सर, चीज़ 37-45 होंगी है, रेट 37-50 का लेंदे ने, मैं इन्होंने गमराई तो बचने वास्ते यह मशीन फिर मैं स्पैशल तैयार की है। मैं नहीं वो हलाल दी खावो, हलाल दे हलाल दी खावो, बरकत फिर आनी है। मेरे वीर के भाइयों वास्ते कि डस्के नहर के पुल तो 2 किलोमीटर पिछे रहना, नहर के पुल तो नहीं जाना क्योंकि अगर नहर भी है, ठीक है। रंजाई पिंड क्रॉस करना वे, रंजाई पिंड क्रॉस करद सर बाकरी पेट्रोल पंप है वो बिल्कुल सामने अल शबाल ड्राइवर होटल, उत्थे तुसा आ जाना, उत्थे मेरा शोरूम है, उत्थे आके तुसी मेरे को मशीन खरीद सकते हो। मेरा फोन नंबर 0321-62-734-0301-97-50-113 जी, बहुत बहुत शुक्रिया सर। उस तो बाद ना जी अगर मेरे वीर भाइयों मेरी वीडियो पसंद आए लाइक शेयर सबसक्राइब लाजमी करना है, कमेंटा के दसना वे गुज्जर साहब ने मशीन कैसे बनाई है, अपन दुआव रखना याद। ओके गुड बाय, पाकिस्तान जिंदाबाद, पाक फौज पाइंदाबाद।